प्यारे विद्यार्थीओ पंजाबी दी जमात ਵਿੱਚ ਤੁਹਾਡਾ ਫਿਰ ਤੋਂ ਇੱਕ ਵਾਰ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਪੰਜਾਬੀ ਵਰਣਮਾਲਾ ਦੀ 6ਵੀਂ ਲਾਈਨ ਲਿਖਣਾ ਸਿੱਖਾਂਗੇ 6ਵੀਂ ਲਾਈਨ ਹੈ ਪਪਾ ਫਫਾ ਬੱਬਾ ਪੱਬਾ ਮੱਮਾ ਸੋ ਆਓ ਦੇਖੀਏ ਕਿਸ ਤਰ੍ਹਾਂ ਲਿਖਣਾ ਹੈ ਪਪਾ ਸਭ ਤੋਂ ਪਹਿਲਾਂ ਤੁਸੀਂ ਉੱਪਰ ਵਾਲੀ ਜੋ ਲਾਈਨ ਹੈ ਇਸ ਦੇ ਉੱਪਰ ਇੱਕ ਸਲੀਪਿੰਗ ਲਾਈਨ ਲਗਾਉਗੇ ਦੇਖੋ ਇਸ ਪੁਆਇੰਟ ਦੇ ਉੱਪਰ ਤੁਸੀਂ ਪੈਨਸਲ ਰੱਖ ਕੇ نیچے ਵੱਲ ਆਉਗੇ ਧਿਆਨ ਨਾਲ ਦੇਖੋ ਔਰ ਜਦੋਂ ਤੁਸੀਂ نیچے ਵੱਲ ਆਉਗੇ ਤਾਂ ਤੁਸੀਂ ਖਿਆਲ ਰੱਖਣਾ ਹੈ ਪਿਆਰੇ ਬੱਚਿਓ ਕਿ ਇਹ ਜੋ ਲਾਈਨ ਹੈ ਇਹ ਕੀ ਹੋਏਗੀ ਥੋੜੀ ਜਿਹੀ ਤਿਰਛੀ ਹੋਏਗੀ ਟੇਢੀ ਹੋਏਗੀ ਇਸ ਨੂੰ ਸਿੱਧਾ ਨਹੀਂ ਕਰਨਾ ਹੈ ਉਸ ਤੋਂ ਬਾਅਦ ਜਿੱਥੇ ਲਾਈਨ ਖਤਮ ਹੁੰਦੀ ਹੈ ਉਸ ਜਗ੍ਹਾ ਤੇ ਅਸੀਂ ਪੈਨਸਲ ਰੱਖਾਂਗੇ ਔਰ نیچے ਵੱਲ ਆਵਾਂਗੇ ਧਿਆਨ ਨਾਲ ਦੇਖੋ ਬਸ ਪਿਆਰੇ ਬੱਚਿਓ ਔਰ ਉਸ ਤੋਂ ਬਾਅਦ ਅਸੀਂ ਉੱਪਰ ਵੱਲ ਜਾਵਾਂਗੇ ਔਰ ਇੱਥੇ ਅਸੀਂ ਇਸ ਨੂੰ ਛੱਡ ਦੇਵਾਂਗੇ ਉਸ ਤੋਂ ਬਾਅਦ ਇੱਕ ਸਿੱਧੀ ਲਾਈਨ ਉੱਪਰ ਤੋਂ ਢੇਠਾ ਵਾਲੀ ਲਾਈਨ ਨੂੰ ਮਿਲਾਏਗੀ ਸਟੈਂਡਿੰਗ ਲਾਈਨ ਉਸ ਤੋਂ ਬਾਅਦ ਇੱਕ ਛੋਟੀ ਲਾਈਨ ਤੁਸੀਂ ਪਿੱਛੇ ਜ਼ਰੂਰ ਲਗਾਉਣੀ ਹੈ ਇਸ ਅੱਖਰ ਨੂੰ ਕੰਪਲੀਟ ਕਰਨ ਦੇ ਲਈ ਪੂਰਾ ਕਰਨ ਦੇ ਲਈ ਔਰ ਖਿਆਲ ਰੱਖਣਾ ਹੈ ਪਿਆਰੇ ਬੱਚੋ ਪਪਾ ਉੱਪਰੋਂ ਖੁੱਲਾ ਹੁੰਦਾ ਹੈ ਸੋ ਇਸ ਦੇ ਉੱਪਰ ਅਸੀਂ ਕੋਈ ਵੀ ਲਾਈਨ ਨਹੀਂ ਲਗਾਵਾਂਗੇ ਧਿਆਨ ਰੱਖਣ ਵਾਲੀਆਂ ਗੱਲਾਂ ਨੇ ਇਹ ਇਸ ਜਗ੍ਹਾ ਤੋਂ ਥੋੜਾ ਤਿੱਖਾ ਹੋਏਗਾ نیچے ਤੋਂ ਇਹ ਗੋਲ ਹੋਏਗਾ ਔਰ ਜੋ ਇਹ 파ਠ ਹੈ ਇਹ گول 파ਠ ਹੈ ਪੱਪੇ ਦਾ ਇਹ 파ਠ ਇਸ ਲਾਈਨ ਦੇ ਨਾਲ ਟੱਚ ਨਹੀਂ ਹੋਏਗਾ ਸੋ ਆਓ ਦੇਖਦੇ ਹਾਂ ਦੂਸਰਾ ਅੱਖਰ ਫਫਾ ਸਭ ਤੋਂ ਪਹਿਲਾਂ ਤੁਸੀਂ ਇੱਕ ਸਿੱਧੀ ਸਲੀਪਿੰਗ ਲਾਈਨ ਲਗਾਓਗੇ ਉਸ ਤੋਂ ਬਾਅਦ ਪਿਆਰੇ ਬੱਚੋ ਜਿਸ ਪਾਸੇ ਲਾਈਨ ਖਤਮ ਹੁੰਦੀ ਹੈ ਉਸ ਪਾਸੇੋਂ ਅਸੀਂ ਇੱਕ ਛੋਟੀ ਸਟੈਂਡਿੰਗ ਲਾਈਨ ਨੀਚੇ ਵੱਲ ਬਣਾਵਾਂਗੇ ਦੇਖੋ ਧਿਆਨ ਦੇ ਨਾਲ ਮੈਂ ਫਿਰ ਟ੍ਰੇਸ ਕਰਦਾ ਹਾਂ ਨੀਚੇ ਵੱਲ ਬਣਾਵਾਂਗੇ ਉਸ ਤੋਂ ਬਾਅਦ ਜਿੱਥੇ ਲਾਈਨ ਖਤਮ ਹੁੰਦੀ ਹੈ ਅਸੀਂ ਆਪੋਜ਼ਿਟ ਸਾਈਡੋਂ ਸ਼ੁਰੂ ਕਰਾਂਗੇ ਔਰ ਪੈਨਸਲ ਨੂੰ ਬਿਨਾਂ ਉਠਾਏ ਅਸੀਂ ਨੀਚੇ ਵੱਲ ਆਵਾਂਗੇ ਨੀਚੇ ਵੱਲ ਆਉਂਦੇ ਹੋਏ ਆਉਂਦੇ ਹੋਏ ਅਸੀਂ ਨੀਚੇ ਵਾਲੀ ਲਾਈਨ ਦੇ ਨਾਲ ਟੱਚ ਕਰਕੇ ਇੱਥੇ ਇੱਕ ਲੂਪ ਬਣਾਵਾਂਗੇ ਇਹ ਬਣ ਗਿਆ ਹੈ ਫਫਾ ਧਿਆਨ ਨਾਲ ਦੇਖੋ ਫਿਰ ਤੋਂ ਟ੍ਰੇਸ ਕਰੀਏ ਸਭ ਤੋਂ ਪਹਿਲਾਂ ਉੱਪਰ ਵਾਲੀ ਲਾਈਨ ਉਸ ਤੋਂ ਬਾਅਦ ਨੀਚੇ ਇੱਕ ਸਟੈਂਡਿੰਗ ਲਾਈਨ ਉਸ ਤੋਂ ਬਾਅਦ ਅਸੀਂ ਇਸ ਸਾਈਡ ਆਉਂਦੇ ਹੋਏ ਗੋਲ ਕੁਮਾ ਕੇ نیچے ਵੱਲ ਜਾਵਾਂਗੇ ਔਰ نیچے ਵੱਲ ਜਾਂਦੇ ਹੋਏ ਲਾਈਨ ਦੇ ਨਾਲ ਟੱਚ ਕਰਕੇ ਇੱਕ ਲੂਪ ਬਣਾਵਾਂਗੇ ਇਹ ਬਣ ਗਿਆ ਹੈ ਫਫਾ ਇਹ ਲਾਈਨ ਤੋਂ ਬਾਹਰ ਨਹੀਂ ਜਾਏਗਾ ਅਗਲਾ ਲੈਟਰ ਹੈ ਬੱਬਾ ਧਿਆਨ ਨਾਲ ਦੇਖੋ ਬੱਬਾ ਕਿਵੇਂ ਲਿਖਣਾ ਹੈ ਥੋੜਾ ਮੁਸ਼ਕਿਲ ਹੈ ਟ੍ਰਿੱਕੀ ਹੈ ਲੇਕਿਨ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਸਿੱਖ ਜਾਓਗੇ ਸਭ ਤੋਂ ਪਹਿਲਾਂ ਤੁਸੀਂ ਉੱਪਰ ਵਾਲੀ ਇੱਕ ਸਲੀਪਿੰਗ ਲਾਈਨ ਲਗਾਓਗੇ ਦੇਖੋ ਲੇਟਵੀਨ ਲਾਈਨ ਉਸ ਤੋਂ ਬਾਅਦ ਇੱਕ ਸਟੈਂਡਿੰਗ ਲਾਈਨ نیچے ਵੱਲ ਖੜਵੀ ਲਾਈਨ ਲਗਾਉਗੇ ਉਸ ਤੋਂ ਬਾਅਦ ਤੁਸੀਂ ਇਸ ਪੁਆਇੰਟ ਦੇ ਉੱਪਰ ਪੈਨਸਲ ਰੱਖੋਗੇ ਔਰ ਇਸ ਲਾਈਨ ਦੇ ਨਾਲ ਇਸ ਤਰ੍ਹਾਂ ਦੀ ਆਕ੍ਰਿਤੀ ਮਿਲਾ ਦੇਓਗੇ ਦੇਖੋ ਧਿਆਨ ਦੇ ਨਾਲ ਇਸ ਪੁਆਇੰਟ ਦੇ ਉੱਪਰ ਪੈਨਸਲ ਰੱਖ ਕੇ ਅਸੀਂ ਇਸ ਲਾਈਨ ਦੇ ਨਾਲ ਇਸ ਨੂੰ ਮਿਲਾ ਦੇਵਾਂਗੇ ਉਸ ਤੋਂ ਬਾਅਦ ਪਿਆਰੇ ਬੱਚੋ ਧਿਆਨ ਨਾਲ ਦੇਖੋ ਇਸ ਜਗ੍ਹਾ ਤੇ ਬਿਲਕੁਲ ਸੈਂਟਰ ਦੇ ਵਿੱਚ ਤੁਸੀਂ ਪੈਨਸਲ ਰੱਖੋਗੇ ਔਰ نیچے ਵਾਲਾ ਹੋਗੇ ਫੇਰ ਇੱਕ ਤੋਂ ਥੋੜਾ ਸ਼ਾਰਪ ਕਰਕੇ نیچے ਵੱਲ ਜਾਂਦੇ ਹੋਏ ਹਲਕਾ ਜਿਹਾ ਉੱਪਰ ਵੱਲ ਆਉਗੇ। ਧਿਆਨ ਨਾਲ ਦੇਖੋ ਇਹ ਬਣ ਗਿਆ ਬੱਬਾ। ਫੇਰ ਤੋਂ ਦੇਖਦੇ ਹਾਂ ਸਭ ਤੋਂ ਪਹਿਲਾਂ ਉੱਪਰ ਵਾਲੀ ਲਾਈਨ, ਉਸ ਤੋਂ ਬਾਅਦ ਇੱਕ ਸਟੈਂਡਿੰਗ ਲਾਈਨ, ਉਸ ਤੋਂ ਬਾਅਦ ਪਿਆਰੇ ਬੱਚੋ ਇਸ ਪਾਸੇ ਪੈਨਸਲ ਰੱਖ ਕੇ ਤੁਸੀਂ ਇਸ ਸਟੈਂਡਿੰਗ ਲਾਈਨ ਦੇ ਨਾਲ ਇਸ ਨੂੰ ਮਿਲਾ ਦਿਓਗੇ। ਉਸ ਤੋਂ ਬਾਅਦ ਇਸ ਤੇ ਸੈਂਟਰ ਵਿੱਚ ਪੈਨਸਲ ਰੱਖ ਕੇ نیچے ਵੱਲ ਆਉਗੇ। ਔਰ ਫੇਰ نیچے ਵੱਲ ਆਉਂਦੇ ਹੋਏ ਹੌਲੀ ਕਾ ਜਾ ਤੁਸੀਂ ਉੱਪਰ ਵੱਲ ਜਾਓਗੇ। ਧਿਆਨ ਦੇਣ ਯੋ ਗੱਲ ਆ ਕੀ ਨੇ ਪਿਆਰੇ ਬੱਚੋ ਬੱਬਾ ਇਸ ਜਗ੍ਹਾ ਤੋਂ ਤਿੱਖਾ ਹੋਏਗਾ ਸ਼ਾਰਪ ਹੋਏਗਾ ਔਰ ਬੱਬਾ ਨੀਚੇ ਵਾਲੀ ਲਾਈਨ ਦੇ ਨਾਲ ਟੱਚ ਨਹੀਂ ਕਰੇਗਾ ਸਿਰਫ ਬੱਬੇ ਦੀ ਜੋ ਇਹ ਸਟੈਂਡਿੰਗ ਲਾਈਨ ਹੈ ਇਹ ਹੀ ਲਾਈਨ ਦੇ ਨਾਲ ਟੱਚ ਕਰੇਗੀ ਇਹ ਜੋ ਜਗ੍ਹਾ ਹੈ ਇਹ ਪੋਰਸ਼ਨ ਹੈ ਬੱਬੇ ਦਾ ਨੀਚੇ ਵਾਲੀ ਲਾਈਨ ਦੇ ਨਾਲ ਟੱਚ ਨਹੀਂ ਕਰੇਗਾ ਉਸ ਤੋਂ ਬਾਅਦ ਪਿਆਰੇ ਬੱਚੋ ਸਾਡਾ ਅਗਲਾ ਲੈਟਰ ਹੈ ਪੱਬਾ ਦੇਖੀਏ ਕਿਵੇਂ ਲਿਖਣਾ ਹੈ ਬਿਲਕੁਲ ਸੌਖਾ ਹੈ ਈਜ਼ੀ ਹੈ ਸਭ ਤੋਂ ਪਹਿਲਾਂ ਤੁਸੀਂ ਸਲੀਪਿੰਗ ਲਾਈਨ ਲਗਾਉਗੇ ਬਿਨਾ ਪੈਨਸਲ ਨੂੰ ਉਠਾਏ ਬਿਲਕੁਲ ਸੈਂਟਰ ਦੇ ਵਿੱਚ ਇੱਕ ਲੂਪ ਬਣਾਉਗੇ ਪਿਆਰੇ ਬੱਚੋ ਦੇਖੋ ਲੂਪ ਬਣਾ ਕੇ ਫਿਰ نیچے ਆਉਗੇ ਔਰ نیچے ਵਾਲੀ ਲਾਈਨ ਦੇ ਨਾਲ ਟੱਚ ਕਰਕੇ ਹਲਕਾ ਜਿਹਾ ਇਸ ਨੂੰ ਉੱਪਰ ਉਠਾ ਦੇਵੋਗੇ ਅੰਤ ਦੇ ਵਿੱਚ ਲਾਸਟ ਦੇ ਵਿੱਚ ਇਹ ਲਾਈਨ ਲਗਾਉਣੀ ਨਹੀਂ ਭੁੱਲਣੀ ਹੈ ਸੋ ਪਿਆਰੇ ਬੱਚੋ ਫਿਰ ਦੇਖੀਏ ਇੱਕ ਵਾਰ ਧਿਆਨ ਦੇਣਾ ਹੈ ਸਾਰੇ ਬੱਚਿਆਂ ਨੇ ਕਿ ਅਸੀਂ ਕਿਵੇਂ ਲਿਖਣਾ ਹੈ ਮੈਂ ਇਸ ਨੂੰ ਇੱਕ ਵਾਰ ਫਿਰ ਟ੍ਰੇਸ ਕਰਾਂਗਾ ਸਭ ਤੋਂ ਪਹਿਲਾਂ ਉੱਪਰ ਵਾਲੀ ਲਾਈਨ ਲਗਾਵਾਂਗੇ ਫਿਰ ਬਿਨਾ ਪੈਨਸਲ ਉਠਾਈ ਪਿਆਰੇ ਬੱਚਿਓ ਅਸੀਂ ਸੈਂਟਰ ਦੇ ਵੱਲ ਆਵਾਂਗੇ ਮੱਧ ਦੇ ਵੱਲ ਆਵਾਂਗੇ ਔਰ ਇੱਥੇ ਗੋਲ ਘੁਮਾ ਕੇ ਇੱਕ ਲੂਪ ਬਣਾ ਕੇ ਫਿਰ نیچے ਵੱਲ ਜਾਵਾਂਗੇ ਔਰ نیچے ਵਾਲੀ ਲਾਈਨ ਦੇ ਨਾਲ ਟੱਚ ਕਰਕੇ ਹਲਕਾ ਜਿਹਾ ਪੱਬੇ ਨੂੰ ਉੱਪਰ ਉਠਾ ਦੇਵਾਂਗੇ ਇਹ ਬਣ ਗਿਆ ਪੱਬਾ ਔਰ ਅੰਤ ਦੇ ਵਿੱਚ ਤੁਸੀਂ ਇਹ ਵਾਲੀ ਲਾਈਨ ਲਗਾਉਣੀ ਨਹੀਂ ਭੁੱਲਣੀ ਹੈ ਹੁਣ ਸਾਡਾ ਅਗਲਾ ਲੈਟਰ ਹੈ ਮਮਾ ਆਓ ਦੇਖੀਏ ਮਮਾ ਕਿਵੇਂ ਲਿਖਣਾ ਹੈ ਸਭ ਤੋਂ ਪਹਿਲਾਂ ਇੱਕ ਛੋਟੀ ਸਲੀਪਿੰਗ ਲਾਈਨ ਲਗਾਵਾਂਗੇ ਉਸ ਤੋਂ ਬਾਅਦ ਨੀਚੇ ਵੱਲ ਆਉਂਦੇ ਹੋਏ ਨੀਚੇ ਵੱਲ ਆਉਂਦੇ ਹੋਏ ਅਸੀਂ ਨੀਚੇ ਵਾਲੀ ਲਾਈਨ ਤੱਕ ਆ ਕੇ ਇੱਕ ਤਿਰਛੀ ਲਾਈਨ ਉੱਪਰ ਵੱਲ ਬਣਾਵਾਂਗੇ ਦੇਖੋ ਇੱਕ ਤਿਰਛੀ ਲਾਈਨ ਧਿਆਨ ਨਾਲ ਦੇਖੋ ਸਾਰੇ ਇਹ ਤਿਰਛੀ ਲਾਈਨ ਅਸੀਂ ਉੱਪਰ ਵੱਲ ਜਾਂਦੀ ਬਣਾਵਾਂਗੇ ਉਸ ਤੋਂ ਬਾਅਦ ਇਸੇ ਲਾਈਨ ਨੂੰ ਅਸੀਂ ਘੁਮਾ ਕੇ ਇੱਕ ਸਟ੍ਰੇਟ ਲਾਈਨ ਸਲੀਪਿੰਗ ਲਾਈਨ ਦੇਖੋ स्ट्रेट स्लीपिंग लाइन लेटमी लाइन ਬਣਾਵਾਂਗੇ ਔਰ ਫੇਰ ਇੱਕ ਖੜਵੀ ਲਾਈਨ ਨੀਚੇ ਵੱਲ ਲਗਾਵਾਂਗੇ ਉੱਪਰ ਵਾਲੀ ਲਾਈਨ ਤੋਂ ਨੀਚੇ ਵਾਲੀ ਲਾਈਨ ਅੰਤ ਦੇ ਵਿੱਚ ਅਸੀਂ ਪਿੱਛੇ ਇਹ ਲਾਈਨ ਲਗਾਉਣੀ ਨਹੀਂ ਭੁੱਲਾਂਗੇ ਪਿਆਰੇ ਬੱਚੋ ਇਹ ਬਣ ਗਿਆ ਮਮਾ ਮਮਾ ਹਮੇਸ਼ਾ ਉੱਪਰੋਂ ਖੁੱਲਾ ਹੁੰਦਾ ਹੈ ਧਿਆਨ ਰੱਖਣਾ ਹੈ ਸਾਰੇ ਬੱਚਿਆਂ ਨੇ ਜੇਕਰ ਤੁਸੀਂ ਇਸ ਨੂੰ ਉੱਪਰੋਂ ਬੰਦ ਕਰ ਦਿਓਗੇ ਤਾਂ ਇਹ ਬਣ ਜਾਏਗਾ ਸਸਾ ਸੋ ਫੇਰ ਤੋਂ ਅਸੀਂ ਇਸ ਨੂੰ ਟ੍ਰੇਸ ਕਰਾਂਗੇ ਸਭ ਤੋਂ ਪਹਿਲਾਂ ਇੱਕ ਛੋਟੀ ਸਲੀਪਿੰਗ ਲਾਈਨ ਉਸ ਤੋਂ ਬਾਅਦ ਅਸੀਂ ਹੇਠੇ ਆਵਾਂਗੇ ਫਿਰ ਇੱਕ ਤਿਰਛੀ ਲਾਈਨ ਲਗਾਵਾਂਗੇ ਫਿਰ ਇੱਕ ਲੇਟਵੀ ਲਾਈਨ ਬਿਲਕੁਲ ਸਿੱਧੀ ਫਿਰ ਖੜਵੀ ਲਾਈਨ ਸਟੈਂਡਿੰਗ ਲਾਈਨ ਲਗਾਵਾਂਗੇ ਔਰ ਅੰਤ ਦੇ ਵਿੱਚ ਇਹ ਲੇਟਵੀ ਲਾਈਨ ਅਸੀਂ ਲਗਾਵਾਂਗੇ ਇਹ ਬਣ ਗਿਆ ਹੈ ਸਾਡਾ ਅਖਰ ਮਮਾ ਪਪਾ ਫਫਾ ਬੱਬਾ ਪੱਬਾ ਮਮਾ ਸੋ ਪਿਆਰੇ ਬੱਚੋ ਇਸ ਵੀਡੀਓ ਨੂੰ ਵਾਰ-ਵਾਰ ਦੇਖੋ ਪਾਜ਼ ਕਰ-ਕਰ ਕੇ ਦੇਖੋ ਔਰ ਨਾਲ ਨਾਲ ਇਸ ਨੂੰ ਕਾਪੀ ਉੱਤੇ ਲਿਖਣ ਦਾ ਅਭਿਆਸ ਕਰੋ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੇ ਹੋਰ ਵੀ ਐਜੂਕੇਸ਼ਨਲ ਵੀਡੀਓ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਨਾਲ ਹੀ ਤੁਹਾਡੇ ਦੋਸਤਾਂ ਮਿੱਤਰਾਂ ਦੇ ਨਾਲ ਇਸ ਨੂੰ ਸ਼ੇਅਰ ਕਰੋ ਧੰਨਵਾਦ ਖੁਸ਼ ਰਹੋ ਤੰਦਰੁਸਤ ਰਹੋ